ਪੰਜਾਬੀ ਇੰਡਸਟਰੀ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੀ ਮੌਤ ਨੂੰ ਅੱਜ ਸਾਲ ਹੋਣ ਨੂੰ ਆਇਆ ਤੇ ਉੱਥੇ ਹੀ ਅੱਜ ਸਿੱਧੂ ਦੇ ਪਿਤਾ ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਜਲੰਧਰ ਦੇ ਵੱਖ ਵੱਖ ਜਗ੍ਹਾਵਾਂ ਤੇ ਜਸਟਿਸ ਫੋਰ ਸਿੱਧੂ ਮਾਰਚ ਕੱਢਣਗੇ। काबिले गौर है कि गायक सिद्धू नूं इंसाफ दवाउण लई जलंधर दे वख वख इलाकियां विच इंसाफ दी मंग कीती जाएगी। तस्वीरां विच तुसीं देख सकदे हो उहनां वल्लों यानी अपने पुत दे इंसाफ लई उत्थे उह मार्च कढ़नगे यानी यात्रा कढ़ी जाएगी। अज यानी 5 मई दे दिन इस यात्रा की शुरुआत फलौर दे बड़ा पिंड रुड़का कलां तों कीती जा रही है ते उत्थे ही आ इंसाफ मार्च ਕੱਢਿਆ ਜਾ ਰਿਹਾ। ਸਿੱਧੂ ਦੇ ਪਿਤਾ ਬਾਪੂ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਸ ਵਿੱਚ ਉਹ ਅਪੀਲ ਕਰਦੇ ਹੋਏ ਨਜ਼ਰ ਆਏ ਅਤੇ ਉਹਨਾਂ ਨੇ ਲੋਕਾਂ ਤੋਂ ਇਨਸਾਫ ਮਾਰਚ ਵਿੱਚ ਸ਼ਾਮਲ ਹੋਣ ਦੀ ਮੰਗ ਵੀ ਕੀਤੀ। ਅੱਜ ਮਾਤਾ ਚਰਨ ਕੌਰ ਅਤੇ ਬਾਪੂ ਬਲਕੌਰ ਸਿੰਘ ਸਿੱਧੂ ਰਵਾਨਗੀ ਤੋਂ ਪਹਿਲਾਂ ਪੁੱਤ ਦੀ ਸਮਾਧੀ 'ਤੇ ਜਾਂਦੇ ਨੇ ਅਤੇ ਉੱਥੇ ਪੁੱਤ ਨੂੰ ਨਮਕਾਂ ਨਾਲ ਯਾਦ ਕਰਨ ਤੋਂ ਬਾਅਦ ਰਵਾਨਾ ਹੁੰਦੇ ਨੇ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਿੱਧੂ ਨੂੰ ਚਾਹੁਣ ਵਾਲੇ ਉਸਨੂੰ ਪਿਆਰ ਕਰਨ ਵਾਲੇ ਇਕਜੁੱਟ ਹੋ ਕੇ ਜਸਟਿਸ ਫੋਰ ਸਿੱਧੂ ਮਾਰਚ ਕੱਢਣ ਲਈ ਇਕੱਠਾ ਹੋ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਆਪੋ ਆਪਣੀ ਉਮੀਦਵਾਰਾਂ ਦੇ ਹੱਕ ਵਿੱਚ ਪਰਚੇ ਕਰਨ ਵਿੱਚ ਜੁਟੀਆਂ ਹੋਈਆਂ ਨੇ ਉੱਥੇ ਹੀ ਸਭ ਦੇ ਚਹੀਤੇ ਸਿੱਧੂ ਮੂਸੇਵਾਲੇ ਦੇ ਪਿਤਾ ਅਤੇ ਮਾਤਾ ਚਰਨ ਕੌਰ ਆਪਣੇ ਪੁੱਤ ਦੇ ਇਨਸਾਫ ਲਈ ਉੱਥੇ ਗੱਲ ਕਰਨਗੇ। ਪੰਜਾਬੀ ਇੰਡਸਟਰੀ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੀ ਮੌਤ ਨੂੰ ਅੱਜ ਸਾਲ ਹੋਣ ਨੂੰ ਆਇਆ ਤੇ ਉੱਥੇ ਹੀ ਅੱਜ ਸਿੱਧੂ ਦੇ ਪਿਤਾ ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਜਲੰਧਰ ਦੇ ਵੱਖ ਵੱਖ ਜਗ੍ਹਾਵਾਂ ਤੇ ਜਸਟਿਸ ਫੋਰ ਸਿੱਧੂ ਮਾਰਚ ਕੱਢਣਗੇ। ਕਾਬਲੇ ਗੌਰ ਹੈ ਕਿ ਗਾਇਕ ਸਿੱਧੂ ਨੂੰ ਇਨਸਾਫ ਦਵਾਉਣ ਲਈ ਜਲੰਧਰ ਦੇ ਵੱਖ ਵੱਖ ਇਲਾਕਿਆਂ ਵਿੱਚ ਇਨਸਾਫ ਦੀ ਮੰਗ ਕੀਤੀ ਜਾਏਗੀ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਉਹਨਾਂ ਵੱਲੋਂ ਯਾਨੀ ਆਪਣੇ ਪੁੱਤ ਦੇ ਇਨਸਾਫ ਲਈ ਉੱਥੇ ਉਹ ਮਾਰਚ ਕੱਢਣਗੇ ਯਾਨੀ ਯਾਤਰਾ ਕੱਢੀ ਜਾਏਗੀ। ਅੱਜ ਯਾਨੀ 5 ਮਈ ਦੇ ਦਿਨ ਇਸ ਯਾਤਰਾ ਦੀ ਸ਼ੁਰੂਆਤ ਫਲੌਰ ਦੇ ਬੜਾ ਪਿੰਡ ਰੁੜਕਾ ਕਲਾਂ ਤੋਂ ਕੀਤੀ ਜਾ ਰਹੀ ਹੈ ਅਤੇ ਉੱਥੇ ਹੀ ਆ ਇਨਸਾਫ ਮਾਰਚ ਕੱਢਿਆ ਜਾ ਰਿਹਾ। ਸਿੱਧੂ ਦੇ ਪਿਤਾ ਬਾਪੂ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਸ ਵਿੱਚ ਉਹ ਅਪੀਲ ਕਰਦੇ ਹੋਏ ਨਜ਼ਰ ਆਏ ਅਤੇ ਉਹਨਾਂ ਨੇ ਲੋਕਾਂ ਤੋਂ ਇਨਸਾਫ ਮਾਰਚ ਵਿੱਚ ਸ਼ਾਮਲ ਹੋਣ ਦੀ ਮੰਗ ਵੀ ਕੀਤੀ। ਅੱਜ ਮਾਤਾ ਚਰਨ ਕੌਰ ਅਤੇ ਬਾਪੂ ਬਲਕੌਰ ਸਿੰਘ ਸਿੱਧੂ ਰਵਾਨਗੀ ਤੋਂ ਪਹਿਲਾਂ ਪੁੱਤ ਦੀ ਸਮਾਧੀ 'ਤੇ ਜਾਂਦੇ ਨੇ ਅਤੇ ਉੱਥੇ ਪੁੱਤ ਨੂੰ ਨਮਕਾਂ ਨਾਲ ਯਾਦ ਕਰਨ ਤੋਂ ਬਾਅਦ ਰਵਾਨਾ ਹੁੰਦੇ ਨੇ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਿੱਧੂ ਨੂੰ ਚਾਹੁਣ ਵਾਲੇ ਉਸਨੂੰ ਪਿਆਰ ਕਰਨ ਵਾਲੇ ਇਕਜੁੱਟ ਹੋ ਕੇ ਜਸਟਿਸ ਫੋਰ ਸਿੱਧੂ ਮਾਰਚ ਕੱਢਣ ਲਈ ਇਕੱਠਾ ਹੋ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਆਪੋ ਆਪਣੀ ਉਮੀਦਵਾਰਾਂ ਦੇ ਹੱਕ ਵਿੱਚ ਪਰਚੇ ਕਰਨ ਵਿੱਚ ਜੁਟੀਆਂ ਹੋਈਆਂ ਨੇ ਉੱਥੇ ਹੀ ਸਭ ਦੇ ਚਹੀਤੇ ਸਿੱਧੂ ਮੂਸੇਵਾਲੇ ਦੇ ਪਿਤਾ ਅਤੇ ਮਾਤਾ ਚਰਨ ਕੌਰ ਆਪਣੇ ਪੁੱਤ ਦੇ ਇਨਸਾਫ ਲਈ ਉੱਥੇ ਗੱਲ ਕਰਨਗੇ।